ਦੇ ਨਾਮ ਤੇ ਰਾਜਨੀਤੀ ਹੋ ਰਹੀ ਹੈ। ਅੱਜ ਗਾਵਾਂ ਦੇ ਸਹਾਰੇ ਸਰਕਾਰਾਂ ਬਣਦੀਆਂ ਤੇ ਡਿੱਗਦੀਆਂ ਹਨ। ਕਿਤੇ ਗਊ ਰਕਸ਼ਕ ਦਲ ਗਾਵਾਂ ਨੂੰ ਬਚਾਉਣ ਲਈ ਇਨਸਾਨਾਂ ਦੀ ਬਲੀ ਦੇ ਰਹੇ ਨੇ ਤੇ ਕਿਤੇ ਧਰਮ ਦੀ ਆੜ ਵਿੱਚ ਗਊਸ਼ਾਲਾ ਦੇ ਨਾਂ ਤੇ ਬੁੱਚੜਖਾਨੇ ਚਲਾਏ ਜਾ ਰਹੇ ਨੇ। ਉੱਥੇ ਇੱਕ ਇਨਸਾਨ ਐਸਾ ਵੀ ਸੀ ਜਿਸਨੇ ਧਰਮ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ 8000 ਤੋਂ ਵੱਧ ਬੇਸਹਾਰਾ ਗਾਵਾਂ ਤੇ ਬਲਦਾਂ ਨੂੰ ਅਪਣਾਇਆ ਅਤੇ ਆਪਣੀ ਸਾਰੀ ਜ਼ਿੰਦਗੀ ਇਹਨਾਂ ਬੇਜਵਾਨ ਤੇ ਦੁਧਕਾਰੇ ਹੋਏ ਪਸ਼ੂਆਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ। ਮੈਂ ਗੱਲ ਕਰ ਰਿਹਾ ਹਾਂ ਬ੍ਰਹਮਲੀਨ ਸੰਤ ਬਾਬਾ ਭਾਲਾ ਸਿੰਘ ਜੀ ਦੀ, ਜੋ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ, ਆਪਣੀ ਜੀਵਨ ਯਾਤਰਾ ਪੂਰਨ ਕਰ ਸਤਿਗੁਰ ਦੇ ਚਰਨਾਂ ਵਿੱਚ ਜਾ ਵਿਰਾਜੇ ਨੇ, ਜਿਨ੍ਹਾਂ ਦੇ ਵਿਛੋੜੇ ਵਿੱਚ ਸੰਗਤਾਂ ਦੇ ਨਾਲ ਨਾਲ ਜਾਨਵਰ ਵੀ ਰੋ ਪਏ। ਸੰਤ ਬਾਬਾ ਭਾਲਾ ਸਿੰਘ ਜੀ ਗਊਆਂ ਵਾਲਿਆਂ ਦਾ ਅੰਤਿਮ ਸੰਸਕਾਰ ਬੀਤੇ ਦਿਨੀ ਉਹਨਾਂ ਦੇ ਪਿੰਡ ਬਾਬਾ ਬਕਾਲਾ ਵਿਖੇ ਕੀਤਾ ਗਿਆ। ਇੱਥੇ ਦੂਰੋਂ ਦੂਰੋਂ ਆਈਆਂ ਹੋਈਆਂ ਸੰਗਤਾਂ ਨੇ ਸੰਤਾਂ ਦੇ ਅੰਤਿਮ ਦਰਸ਼ਨ ਕੀਤੇ। ਆਲਮ ਕੁਛ ਐਸਾ ਸੀ ਜਿਵੇਂ ਸੰਗਤਾਂ ਦਾ ਹੜ ਆ ਗਿਆ ਹੋਵੇ। ਸੰਗਤਾਂ ਦਾ ਕਹਿਣਾ ਹੈ ਕਿ ਜਿਸ ਖੇਤ ਵਿੱਚੋਂ ਸੰਤ ਬਾਬਾ ਭਾਲਾ ਸਿੰਘ ਜੀ ਦੀਆਂ ਗਾਵਾਂ ਲੰਘ ਜਾਂਦੀਆਂ ਸਨ ਉਸਦਾ ਝਾੜ 2 ਗੁਣਾ ਹੋ ਜਾਂਦਾ ਸੀ। ਲੋਕ ਆਪ ਸੰਤਾਂ ਨੂੰ ਬੇਨਤੀ ਕਰ ਆਪਣੀਆਂ ਫਸਲਾਂ ਸੰਤਾਂ ਦੀਆਂ ਗਾਵਾਂ ਨੂੰ ਚਾਰਦੇ ਸਨ। ਬਾਬਾ ਜੀ ਕਈ ਕਿਲੋਮੀਟਰ ਦਾ ਸਫ਼ਰ ਰੋਜ਼ ਨੰਗੇ ਪੈਰੀਂ ਤੈਅ ਕਰਿਆ ਕਰਦੇ ਸਨ, ਜਿਸ ਕਾਰਨ ਉਹਨਾਂ ਦੇ ਪੈਰ ਵੀ ਸੁੱਜ ਜਾਇਆ ਕਰਦੇ ਸਨ। ਜੇ ਸੰਤ ਬਾਬਾ ਭਾਲਾ ਸਿੰਘ ਜੀ ਦੀ ਸੋਚ ਨੂੰ ਅਪਣਾ ਕੇ ਇਸ ਕਾਰਜ ਨੂੰ ਅੱਗੇ ਤੋਰਿਆ ਜਾਵੇ ਤਾਂ ਉਮੀਦ ਹੈ ਕਿ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਨੂੰ ਵੀ ਸਹਾਰਾ ਮਿਲ ਸਕਦਾ ਹੈ ਤੇ ਇਹੋ ਸੰਤਾਂ ਨੂੰ ਅਸਲ ਸ਼ਰਧਾਂਜਲੀ ਵੀ ਹੋਵੇਗੀ। ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਇਸ ਮਹਾਨ ਪੁਰਸ਼ ਨੂੰ ਸਜਦਾ ਤੇ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਰਜੇਸ਼ ਕੁਮਾਰ ਤੇ ਗੁਰਪ੍ਰੀਤ ਜਲੋਟਾ ਦੀ ਰਿਪੋਰਟ।